ਜਿੱਥੇ ਕਿਤੇ ਪੀਐਚ ਲੈਵਲ ਬਾਲਾ ਸੀਗਾ ਪਾਣੀ ਦਾ ਇਹ ਉਹਨੂੰ ਮੇਨਟੇਨ ਕਰਕੇ ਰੱਖਦਾ ਜੀ। ਮਾੜਾ ਪਾਣੀ ਕਹਦੇ ਆਪਾਂ ਜਿਹੜਾ ਬੋਰ ਵਾਲਾ ਜਿਹੜਾ ਪਾਣੀ ਤੇ ਪਾ ਦਿੰਦੇ ਹੋਗੇ ਫਿਰ ਇਹ ਜਿਵੇਂ ਪਾਣੀ ਤੇ ਆਪਾਂ ਡ੍ਰਿਪ ਸਿਸਟਮ ਰਾਹੀਂ ਦੇ ਸਕਦੇ ਆ ਜੇ ਪਾਣੀ ਕਿਆਰਾ ਭਰਿਆ ਹੋਇਆ ਤਾਂ ਜਿਵੇਂ ਆਪਾਂ ਕੱਖਾਂ ਲਈ ਦਵਾਈ ਸਿੱਟਦੇ ਆ ਉਵੇਂ ਬੋਤਲ 'ਚ ਪਾ ਕੇ ਸਿੱਟ ਸਕਦੇ ਬਸ ਇਸ ਲੋਟ ਛਿਟਾ ਆ ਜੇ ਦਾ ਬਸ। ਹਾਂ ਇਹ ਜਿਹੜਾ ਉਹਦੇ ਖਾਰੇ ਪਾਣ ਨੂੰ ਪਾਣੀ ਦੇ ਨੂੰ ਜਿਹੜੇ ਨੂੰ ਇੱਕ ਥਾਂ ਤੇ ਬੰਨ ਲੈਂਦਾ ਇਹ ਨਾ ਤੂੰ ਡਰਦੇ ਨੇ ਲੋਕ ਜਦੋਂ ਕਹਿੰਦੇ ਨੇ ਔਰਗੈਨਿਕ ਅਗਲਾ ਕਹਿੰਦਾ ਨਾ ਬਾਈ ਮੇਰਾ ਝਾੜ ਘਟ ਜਾਊਗਾ ਹਾਂ ਠੀਕ ਹੈ ਜੀ ਤਾਂ ਝਾੜ ਨਹੀਂ ਘਟਦਾ ਹੈਗਾ ਨਾ ਔਰਗੈਨਿਕ ਕਰੋ ਪਰ ਜਿਹੜੇ ਆਪਦੇ ਨਜਾਇਜ਼ ਖਰਚੇ ਨੇ ਉਹਨਾਂ ਨੂੰ ਘਟਾਓ ਪਹਿਲਾਂ ਤਾਂ ਬੀਜ ਰਲਾ ਕੇ ਪਾਤਾ ਅੱਧਾ ਅੱਧਾ ਆਪਾਂ ਹਾਂ ਤੇ ਅੱਧਾ ਆਪਾਂ ਪਹਿਲੇ ਪਾਣੀ ਦੇ ਉੱਤੇ ਸਪਰੇ ਕਰ ਸਪਰੇ ਕਰਤੀ ਨਾਲ ਇਹਦੇ ਵਿੱਚ ਜਿਵੇਂ ਇਹਨੂੰ ਇਹ ਗਰੋਥ ਪ੍ਰੋਮੋਟਰ ਮਿਕਸ ਕਰ ਦੇਣਾ ਨਾਲ ਇਹਦੇ ਮਿਕਸ ਕਰ ਬਸ ਹੋ ਜਾਂਦਾ ਉਦੋਂ ਬਾਅਦ ਇੱਕ ਦੋਨੇ ਚੀਜ਼ਾਂ ਦੀ ਦਵਾਈ ਕਰਕੇ ਕਰਕੇ ਜੀ ਵੀ ਆਪਣਾ ਕੰਪਲੀਟ ਹੋ ਗਿਆ ਪਹਿਲੇ ਪਾਣੀ ਹੋ ਗਿਆ ਬਸ ਜੇ ਆਪਾਂ 50 ਕਿਲੋ ਡੀਏਪੀ ਪਾਉਨੇ ਆ ਤਾਂ ਪਹਿਲੀ ਵਾਰ 30 ਕਿਲੋ ਪੈ ਜਾਂਦੀ ਹੈ ਜਿਹੜਾ ਤੁਸੀਂ ਇੱਕ ਤੋੜ ਘਟਾਇਆਗਾ ਆਪਦਾ ਰੇਹ ਦਾ ਹਨਾ ਹਾਂਜੀ ਉਹ ਜ਼ਿਆਦਾਤਰ ਆਪਣੇ ਹੈਗੇ ਨੇ ਕਿ ਜਿਵੇਂ ਅਹੀਂ ਮੰਨ ਲਓ ਵੀ 40 ਕਿਲੋ ਪਾਤੀ ਡੀਏਪੀ ਹਾਂਜੀ ਤੁਸੀਂ ਉਹਦਾ ਤੋੜ ਘਟਾ ਲਿਆ ਤੁਸੀਂ ਕਹਿੰਦੇ ਐਤਕੀ 20 ਕਿਲੋ ਪਾਈ ਹੈ ਹਾਂਜੀ ਵੀ ਉਹ ਤੋੜ ਘਟਾਇਆ ਕਾਹਦੇ ਨਾਲ ਹੈ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਅੱਜ ਜਿਹੜੀ ਇਹ ਕਣਕ ਬੀਜ ਰਹੇ ਆ ਬਾਈ ਅਤੇ ਇਹ ਨਾ ਲੋਕ ਤਾਂ ਪਾਉਂਦੇ ਆ ਬਾਈ 40-40 ਕਿਲੋ ਪਾ ਦਿੰਦੇ ਆ ਨਾ ਕਿ 30 ਕਿਲੋ ਵੀ ਪਾਉਂਦੇ ਨੇ ਨਹੀਂ ਅੱਡੋ ਅੱਡਾ ਜੀ ਏਰੀਏ ਦੇ ਹਿਸਾਬ ਨਾਲ ਜਿਵੇਂ ਵਿੱਚ ਏਰੀਆ ਹੈਗਾ ਜਿੱਥੇ 80 ਤੱਕ ਵੀ ਪਹੁੰਚ ਰਹੇ ਨੇ ਲੋਕ 80 ਤੱਕ ਆਪਣੇ ਐਵਰੇਜ ਉਹਰੇ ਹੈਗਾ ਜਿਹੜਾ 50-55 ਕਿਲੋ ਡੀ 50-55 ਅਤੇ ਲੋਕਾਂ ਨਾਲੋਂ ਮਤਲਬ ਬਹੁਤ ਘੱਟ ਡੀਏਪੀ ਪਾ ਕੇ ਰੇਹ ਦੇ ਖਰਚੇ ਅੱਧੇ ਕਰਕੇ ਹੈ ਨਾ ਕਣਕ ਬੀਜ ਰਹੇ ਨੇ ਅਤੇ ਇੱਕ ਆਹ ਤੁਸੀਂ ਪਰਾਲੀ ਦੇਖ ਰਹੇ ਹੋ ਵੀ ਖਰਚੇ ਵੀ ਵਧਾ ਤੇ ਉੱਪਰੋਂ ਪਰਾਲੀ ਵੀ ਰੱਖ ਰੱਖੀ ਹੈਗੀ ਵੀ ਇਹਦਾ ਵੀ ਆਪਾਂ ਕਾਰਨ ਪੁੱਛਦੇ ਹਾਂ ਵੀ ਜ਼ਿਆਦਾਤਰ ਕੀ ਆ ਵੀ ਸਿਉਂਕ ਪੈਣ ਦਾ ਡਰ ਹੁੰਦਾ ਹੈਗਾ ਨਾ ਕੀੜੇ ਪੈ ਜਾਂਦੇ ਨੇ ਕਿ ਵੀ ਕਣਕ ਚੱਜ ਨਾਲ ਹੁੰਦੀ ਨਹੀਂ ਹੁਣ ਜਿਹੜੀ ਆਪਾਂ ਕਣਕ ਪਹਿਲਾਂ ਬੀਜ ਰਹੇ ਹਾਂ ਡੀਏਪੀ ਘੱਟ ਹੋਣ ਦਾ ਕਾਰਨ ਕੀ ਹੈ ਮੈਨੂੰ ਐਂ ਦੱਸੋ ਪਹਿਲਾਂ ਜਿਹੜੀ ਤੁਸੀਂ ਅੱਧੀ ਕਹਿੰਦੇ ਹੋ ਕਿੰਨੀ ਪਾਈ ਹੈ ਕਿੱਲੇ 'ਚ ਸਾਰਿਆਂ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਅਤੇ ਡੀਏਪੀ ਦਾ ਘੱਟ ਕਰਨ ਦਾ ਇੱਕ ਤਾਂ ਇਹ ਹੈ ਜੀ ਵੀ ਹਰ ਵਾਰ ਆ ਜਿਹੜੀ ਬਾਹਣ ਨੂੰ ਆਪਾਂ ਤਾਕਤ ਦੇ ਰਹੇ ਹਾਂ ਪਰਾਲੀ ਹੈ ਜਿਹੜੀ ਤੁਸੀਂ ਮੈਨੂੰ ਪਿਛਲੀ ਵਾਰ ਵੀ ਮੇਰੇ ਕੋਲ ਆਏ ਸੀਗੇ ਵੀ ਪਰਾਲੀ ਹੈ ਜਿਹੜੀ ਉਹ ਮੈਂ ਵਿੱਚ ਵਾਹੁਣਾਗਾ ਠੀਕ ਹੈ ਬਾਈ ਹਾਂ ਆਪਣੇ ਕਿਸਾਨ ਨਾ ਸਿਖਿਆਈ ਦੇ ਮਗਰ ਭੱਜਣ ਲੱਗ ਗਏ ਕਣਕ ਦਾ ਨਾੜ ਜਿਹੜਾ ਕੁਛ ਵੀ ਨਹੀਂ ਹੁੰਦਾ ਨਾ ਮਾਤਰ ਹੁੰਦਾ ਉਹਨੂੰ ਵੀ ਅੱਗ ਲਾਉਣ ਤੱਕ ਜਾਂਦੇ ਆ ਪਰ ਮੈਂ ਪਿਛਲੇ 3 ਸਾਲ ਤੋਂ ਜਿਹੜੀ ਪਰਾਲੀ ਹੈ ਉਹ ਝੋਨੇ ਦੀ ਪਰਾਲੀ ਨੂੰ ਮੈਂ ਬਿਲਕੁਲ ਨਹੀਂ ਅੱਗ ਲਾਉਂਦਾ ਹੈਗਾ ਠੀਕ ਹੈ ਤਾਂ ਉਹ ਸਾਰੀ ਦੀ ਸਾਰੀ ਪਰਾਲੀ ਹੈ ਜਿਹੜੀ ਤੁਹਾਡੇ ਸਾਹਮਣੇ ਆਉਣਾ ਬਿਜਾਈ ਹੋਈ ਜਾਂਦੀ ਹੈ ਅਤੇ ਬਿਲਕੁਲ ਹੈ ਜਿਹੜੀ ਇਹ ਮੈਂ ਵਿੱਚ ਹੈ ਜਿਹੜੀ ਉਹ ਪਰਾਲੀ ਵਿੱਚ ਵਾਹੁੰਦਾ ਜੀ ਠੀਕ ਹੈ ਹਾਂਜੀ ਤਾਂ ਇਹਦਾ ਜ਼ਿਆਦਾ ਰਿਜ਼ਲਟ ਜਿਹੜੇ ਇਹਦੇ ਇਹੀ ਨੇ ਵੀ ਵਾਹਣ ਦੀ ਹੈ ਜਿਹੜੀ ਉਹਦੀ ਆਪਦੀ ਉਪਜਾਊ ਸ਼ਕਤੀ ਜਿਹੜੀ ਉਹ ਵੱਧ ਗਈ ਅਤੇ ਬਾਈ ਕੀੜਾ ਲੱਗਣ ਤੋਂ ਇਹਨੂੰ ਕਿਵੇਂ ਬਚਾਉਂਦੇ ਫਿਰ ਕਈ ਕਿਸਾਨ ਕਹਿ ਦਿੰਦੇ ਨੇ ਕਿ ਵੀ ਯਾਰ ਪਰਾਲੀ ਵਿੱਚ ਉਹ ਕਰਨਾ ਵੀ ਕੀੜਾ ਲੱਗਦਾ ਗਾ ਕੀੜਾ ਜੀ ਕੁਛ ਨਾ ਕੁਛ ਤਾਂ ਇਹ ਦੇਖੋ ਵਹਿਮ ਵੀ ਹੈਗੇ ਨੇ ਅੱਛਾ ਹਾਂ ਕਿਉਂਕਿ ਬੰਦਾ ਪਹਿਲਾਂ ਰੌਣੀ ਪਹਿਲਾਂ ਕਰ ਦਿੰਦਾ ਹੈ ਨਾ ਜਾਂ ਰੌਣੀ ਦੇ ਵਿੱਚ ਕਈ ਵਾਰ ਕਿਸੇ ਜਗ੍ਹਾ ਦੇ ਵਿੱਚ ਜਿਹੜੀ ਝੋਨੇ 'ਚ ਖੜ੍ਹੇ ਝੋਨੇ ਦੇ ਵਿੱਚ ਆਪਾਂ ਰੌਣੀ ਕਰਦੇ ਹਾਂ ਤਾਂ ਉੱਥੇ ਦੌਗੀਆਂ ਜਿਹੜੀਆਂ ਉਹ ਸੁੱਕੀਆਂ ਰਹਿ ਜਾਂਦੀਆਂ ਠੀਕ ਹੈ ਜਦੋਂ ਦੌਗੀਆਂ ਰੁੱਖੀਆਂ ਰਹਿ ਜਾਂਦੀਆਂ ਫਿਰ ਸੁਪਰ ਸੀਡਰ ਨੇ ਤਾਂ ਆਪਦਾ ਕੰਮ ਕਰਨਾ ਉਹਨੇ ਤਾਂ ਬਿਜਾਂਦ ਕਰਨੀ ਹੈ ਉਹ ਕਈ ਵਾਰ ਉੱਗਰਦੀ ਤਾਂ ਵੈਸੇ ਨਹੀਂ ਹੈਗੀ ਠੀਕ ਜਿੱਥੇ ਮੰਨ ਲਾ ਵੀ ਕਣਕ ਵੈਸੇ ਨਹੀਂ ਉੱਗਰਦੀ ਹੈਗੀ ਰੁੱਖਾ ਮੰਨ ਜਾਂਦਾ ਹੈ ਨਾ ਪਰ ਹਾਂ ਜਿੱਥੇ ਕਿਤੇ ਕੀੜੇ ਦੀ ਦਿੱਕਤ ਵੀ ਆਉਂਦੀ ਹੈ ਤਾਂ ਮਾਰਕੀਟ ਦੇ ਵਿੱਚ ਬਹੁਤ ਇਹੋ ਜਿਹੇ ਪ੍ਰੋਡਕਟ ਨੇ ਜਿਹੜੇ ਬਿਨਾਂ ਨੁਕਸਾਨ ਕੀਤੇ ਆਪਣੀ ਕੀੜੇ ਤੋਂ ਜਿਹੜੀ ਆਪਣੀ ਉਹ ਬਚਤ ਕਰ ਸਕਦੇ ਨੇ ਠੀਕ ਹੈ ਹਾਂਜੀ ਮਤਲਬ ਬੀਜ ਨਾਲ ਲਾ ਕੇ ਤੁਸੀਂ ਹੈ ਨਾ ਹਾਂ ਬੀਜ ਨਾਲ ਲਾ ਕੇ ਬੀਜ ਸਕਦੇ ਹੋ ਛਿੱਟਾ ਦੇ ਸਕਦੇ ਹੋ ਠੀਕ ਵਧੀਆ ਰਿਜ਼ਲਟ ਹੈ ਚੀਜ਼ਾਂ ਦੇ ਜੀ ਠੀਕ ਹੈ ਬਾਈ ਇਹ ਤਾਂ ਹੋ ਗਿਆ ਆਪਣਾ ਹੁਣ ਜਿਹੜਾ ਤੁਸੀਂ ਇੱਕ ਤੋੜ ਘਟਾਇਆਗਾ ਆਪਦਾ ਰੇਹ ਦਾ ਹੈ ਨਾ ਹਾਂਜੀ ਹੁਣ ਜ਼ਿਆਦਾਤਰ ਆਪਣੇ ਹੈਗੇ ਨੇ ਕਿ ਜਿਵੇਂ ਅਸੀਂ ਮੰਨ ਲਓ ਵੀ 40 ਕਿਲੋ ਪਾਤੀ ਡੀਏਪੀ ਹਾਂਜੀ ਤੁਸੀਂ ਉਹਦਾ ਤੋੜ ਘਟਾ ਲਿਆ ਤੁਸੀਂ ਕਹਿੰਦੇ ਐਤਕੀ 20 ਕਿਲੋ ਪਾਈ ਹੈ ਹਾਂਜੀ ਵੀ ਉਹ ਤੋੜ ਘਟਾਇਆ ਕਾਹਦੇ ਨਾਲ ਹੈ ਫਿਰ ਨਹੀਂ ਪਿਛਲੀ ਵਾਰ ਵੀ 30 ਕਿਲੋ ਪਾਈ ਸੀਗੀ ਤਜਰਬਾ ਕਰਿਆ ਪਹਿਲਾਂ ਤਾਂ ਬਾਹਣ ਨੂੰ ਦੇਖੋ ਤਾਕਤ ਦਿੱਤੀ ਬਾਹਣ ਦੇ ਵਿੱਚ ਜਿੰਨੀਆਂ ਵੀ ਜਿਹੜੀਆਂ ਉਹਦੀਆਂ ਆਪਦੀ ਉਪਜਾਊ ਸ਼ਕਤੀ ਆ ਉਹ ਵਧਾਈ ਪਰਾਲੀ ਪਾਉਂਦੇ ਰਹੇ ਅਤੇ ਕਲੋਰੋ ਬਾਈਪੈਂਥਰਨ ਅਤੇ ਆਪਣਾ ਝੋਨੇ ਦੇ ਵਿੱਚ ਪਦਾਨ ਵਗੈਰਾ ਇਹ ਚੀਜ਼ਾਂ ਤੋਂ ਖਹਿੜਾ ਛੜਾਇਆ ਜਦੋਂ ਇਹਨਾਂ ਤੋਂ ਖਹਿੜਾ ਛੁੱਟ ਗਿਆ ਜਿਹੜੀ ਉਹ ਧਰਤੀ ਦੇ ਵਿੱਚ ਜਿਹੜੇ ਆਪਣੇ ਕੀੜੇ ਹੁੰਦੇ ਨੇ ਗੇ ਜਿਹੜੇ ਮਿੱਤਰ ਕੀੜੇ ਕਹਿ ਦਿਓ ਆਪਾਂ ਉਹ ਐਕਟਿਵ ਹੋ ਗਏ ਓਕੇ ਜਿਹੜੀਆਂ ਉਹਦੇ 'ਚ ਚੰਗੀਆਂ ਆਪਣੀਆਂ ਮਿੱਤਰ ਫੰਗਸਾਂ ਨੇਗੀਆਂ ਜਿਹੜੀਆਂ ਫੰਗਸਾਂ ਆਪਾਂ ਨੂੰ ਸਹਾਇਕ ਨੇ ਉਹ ਚੀਜ਼ਾਂ ਜਿਹੜੀਆਂ ਉਹ ਧਰਤੀ ਦੇ ਵਿੱਚ ਹੀ ਨੇਗੀਆਂ ਸਾਰੀਆਂ ਉਹ ਪੈਦਾ ਹੋਣ ਲੱਗ ਗਈਆਂ ਤਾਂ ਆਪਦੇ ਆਪ ਹੀ ਜਿਹੜਾ ਜਿਵੇਂ ਕਹਿ ਦਈਏ ਵੀ ਨਸ਼ਾ ਜਿਹੜਾ ਬਾਹਣ ਉਹ ਛੱਡਣ ਲਈ ਆਪਦੇ ਆਪ ਹੀ ਤਿਆਰ ਹੋ ਗਏ ਠੀਕ ਆ ਬਾਈ ਮਤਲਬ ਤੁਸੀਂ ਪਹਿਲਾਂ ਜਿਹੜੀਆਂ ਤਕੜੀਆਂ ਉਹ ਸੀਗੀਆਂ ਦਵਾਈਆਂ ਉਹ ਕੱਢਤੀਆਂ ਬਾਹਣ 'ਚੋਂ ਹਾਂਜੀ ਉਹ ਕੱਢ ਕੇ ਅਤੇ ਉਦੋਂ ਬਾਅਦ ਫਿਰ ਆਪਣਾ ਔਰਗੈਨਿਕ ਵਾਲਾ ਹਾਂ ਉਦੋਂ ਬਾਅਦ ਦੇਖੋ ਚਲੋ ਨਹੀਂ ਵੀ ਬੰਦਾ ਔਰਗੈਨਿਕ ਕਰਦਾ ਮੈਂ ਇਹ ਨਹੀਂ ਕਹਿੰਦਾ ਵੀ ਬੰਦਾ ਹਰ ਬੰਦਾ ਔਰਗੈਨਿਕ ਹੀ ਕਰੇ ਹੈ ਨਾ ਪਰ ਆਪਾਂ ਵੈਸੇ ਵੀ ਆਪਦੀ ਖੇਤੀ ਦੇ ਵਿੱਚ ਆਪਾਂ ਆਪਦਾ ਸਭ ਤੋਂ ਪਹਿਲਾਂ ਦੇਖੋ ਕਿਸਾਨ ਬਚਤ ਨੂੰ ਤੁਰਿਆ ਫਿਰਦਾ ਜੀ ਹਰ ਬੰਦਾ ਬਚਤ ਨੂੰ ਤੁਰਿਆ ਫਿਰਦਾ ਚਲੋ ਔਰਗੈਨਿਕ ਨਹੀਂ ਹੋ ਰਿਹਾ ਕਈ ਬੰਦੇ ਨਹੀਂ ਔਰਗੈਨਿਕ ਕਰ ਸਕਦੇ ਹੈ ਨਾ ਨਹੀਂ ਵੈਸੇ ਇਹ ਨਾ ਤੂੰ ਡਰਦੇ ਨੇ ਲੋਕ ਜਦੋਂ ਕਹਿੰਦੇ ਨੇ ਔਰਗੈਨਿਕ ਅਗਲਾ ਕਹਿੰਦਾ ਨਾ ਬਾਈ ਮੇਰਾ ਝਾੜ ਘੱਟ ਜੂਗਾ ਠੀਕ ਹੈ ਜੀ ਤਾਂ ਝਾੜ ਨਹੀਂ
ਇਹ ਤੋਂ ਲੈ ਕੇ ਮਹੀਨੇ ਦਾ ਪ੍ਰੋਸੈਸ ਕੀ ਹੈਗਾ ਤੁਹਾਡਾ, ਕਿਵੇਂ ਕਿਵੇਂ ਤਿਆਰੀ ਰੱਖਣੀ ਹੈ ਇਹਦੀ ਮਹੀਨੇ ਦੀ? ਤਿਆਰੀ ਤਾਂ ਇੱਕ ਤਾਂ ਇਹਦੀ ਇਹੀ ਹੈ ਜੀ ਵੀ ਜਦੋਂ ਸ਼ੁਰੂ ਦੇ ਵਿੱਚ ਪਰਾਲ ਹੁੰਦਾ ਜਿਹੜਾ ਜ਼ਿਆਦੇ, ਹਾਂ ਜਿਵੇਂ ਹੁਣ ਮੇਰੇ ਕੋਲ ਇਸ ਵਾਹਣ ਦੇ ਵਿੱਚ ਥੋੜ੍ਹਾ ਜ਼ਿਆਦੇ ਪਰਾਲ ਸੀਗਾ, ਹਾਂ ਮੈਂ ਅਕਸਰ ਜੇ ਤਾਂ ਕੋਈ ਮਜਬੂਰੀ ਹੋ ਜਾਏ ਤਾਂ ਮੈਨੂੰ ਪਹਿਲਾਂ ਰੌਣੀ ਕਰਨੀ ਪੈ ਜਾਂਦੀ ਹੈ, ਨਹੀਂ ਮੈਂ ਸਾਰੀ ਜੀਰੀ ਵੱਢ ਕੇ ਰੌਣੀ ਕਰਦਾ ਹੁੰਦਾ। ਵੱਢ ਕੇ ਪਰਾਲੀ ਜਦੋਂ ਥੱਲੇ ਆ ਗਈ ਮਤਲਬ, ਹਾਂਜੀ ਉਦੋਂ ਰੌਣੀ ਕਰਦੇ, ਉਦੋਂ ਰੌਣੀ ਕਰਦੀ। ਇਹਦਾ ਫਾਇਦਾ ਕੀ ਹੈ ਫਿਰ? ਉਹਦੇ ਨਾਲ ਆਇਆ ਜੀ ਇਹ ਪਾਣੀ ਦੇ ਸੰਪਰਕ ਦੇ ਵਿੱਚ ਜਦੋਂ ਵੀ ਆਉਂਦੀ ਹੈ ਉਸ ਪਰਸੈਂਟ ਦਾ ਇਹਨੇ ਜਿਹੜੀ ਇੱਕ ਹਫ਼ਤੇ ਤੋਂ ਦਸ ਦਿਨਾਂ ਦਾ ਜਾਂ ਹਫ਼ਤੇ ਦਾ ਟਾਈਮ ਲੈਣਾ ਇਹਨੇ, ਹਾਂਜੀ ਇਹਨੇ ਪਾਣੀ ਦੇ ਨਾਲ ਹੀ ਜਿਹੜਾ ਇਹਨੇ ਗਲਣਾ ਸ਼ੁਰੂ ਹੋ ਜਾਣਾ। ਹਾਂ ਗਲੀ ਜਾਂਦੀ ਹੈ ਨਾ। ਹਾਂ ਆਹ ਤੁਸੀਂ ਦੇਖ ਸਕਦੇ ਹੋ ਨੀਚੇ ਜਿਵੇਂ, ਆਹ ਦਿਖਾ ਦਿਓ ਬਈ, ਆਹ ਦੇਖੋ ਕਿੰਨੀ ਇਹ ਗਲੀ ਪਈ ਆ ਹੁਣ। ਆਹਦਾ ਮੈਨੂੰ ਲੱਗਦਾ ਬਾਹਲਾ ਟਾਈਮ ਕੱਟਦੀ ਨਹੀਂ ਹੈਗੀ। ਹਾਂ ਇਹਦੇ ਨਾਲ ਜਿਹੜੀ ਇਹ ਸੁਪਰ ਸੀਡਰ ਦੀ ਆ ਜਿਹੜੀ ਇਹ ਦਾਬ ਦੇ ਵਿੱਚ ਆਉਣ ਲੱਗ ਜਾਂਦੀ ਆ। ਠੀਕ ਆ ਬਾਈ। ਠੀਕ ਹੈ ਜੀ, ਤਾਂ ਜਿਹੜੀ ਆਪਾਂ ਨੂੰ ਬਹੁਤ ਜ਼ਿਆਦਾ ਆ ਜਿਹੜੀ ਘੱਟ ਡਿੱਗ ਦਿੰਦੀ ਆ ਹੈ ਨਾ, ਪਰ ਦੇਖਣ ਨੂੰ ਕਿਹੜਾ ਜੇ ਬਾਹਣ ਜਾ ਲੱਗਦਾ ਹੈਗਾ, ਕਿਉਂਕਿ ਆਂਡੀ ਗੁਆਂਢੀ ਕਹਿੰਦੇ ਆ ਵੀ ਪਰਾਲੀ ਨਾ ਭਰਿਆ। ਹਾਂ ਤੂੰ ਬਾਹਣ ਵਿਹਲੀ ਆ, ਤੂੰ ਤਾਂ ਵਿਹਲਾ ਰੱਖ ਲਿਆ ਕਰ ਹੈ ਨਾ, ਪਰ ਇਹ ਚੀਜ਼ਾਂ ਜਦੋਂ ਫਾਇਦਾ ਦਿੰਦੀਆਂ ਨੇ ਉਦੋਂ ਪਤਾ ਲੱਗਦਾ। ਠੀਕ ਹੈ, ਇਹਨੇ ਆਪਣੀ ਅੱਧੀ ਰੇਹ ਸਪਰੇਅ ਦਾ ਕੰਮ ਕਰ ਜਾਣਾ। ਹਾਂਜੀ ਕਰ ਦੇ। ਠੀਕ ਹੈ ਬਾਈ, ਅਤੇ ਫਿਰ ਪ੍ਰੋਡਕਟ ਤੁਸੀਂ ਕਿਹੜੇ ਕਿਹੜੇ ਪਾਓਗੇ ਐਤਕੀ? ਮੈਂ ਤਾਂ ਜੀ ਜਿਵੇਂ ਦੇਖੋ ਇੰਡੀਆ ਐਗਰੋ ਬ੍ਰਾਂਡ ਨਾਲ ਜੁੜਿਆ ਹੋਇਆ ਜੀ, ਮੇਰੇ ਦੋਸਤ ਨੇ ਗੇ ਮੈਨੂੰ ਉਹ ਕਾਫੀ ਸਮੇਂ ਤੋਂ ਜਿਹੜੀ ਇਹ ਚੀਜ਼ ਦੀ ਸਪਲਾਈ ਦੇ ਰਹੇ ਆ, ਵਧੀਆ ਰਿਜ਼ਲਟ ਆ ਰਹੇ ਨੇ। ਤਾਂ ਸ਼ੁਰੂ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਸੀਗੀਆਂ, ਜਿਵੇਂ ਇੰਡੀਆ ਐਗਰੋ ਦਾ ਭੂ ਅਸਤਰਾ ਜਿਹੜਾ ਪੈਕਟ ਆ ਜੀ ਬ੍ਰਾਂਡ ਆਉਂਦਾ ਹੈਗਾ, ਭੂ ਅਸਤਰਾ ਪ੍ਰੋਡਕਟ ਆਉਂਦਾ ਹੈਗਾ, ਉਹ 2 ਕਿਲੋ ਦੀ ਡੋਜ਼ ਮੈਂ 3 ਸਾਲਾਂ ਤੋਂ ਜਿਹੜੀ ਕਿੱਲੇ ਨੂੰ ਦੇ ਰਿਹਾ ਹੈਗਾ। 3 ਸਾਲ ਲਗਾਤਾਰ ਹੋ ਗਏ? 3 ਸਾਲ ਹੋ ਗਏ ਲਗਾਤਾਰ। ਠੀਕ ਹੈ ਬਾਈ, ਉਹਦੇ ਨਾਲ ਇੰਨਾ ਕੁ ਸੁਧਾਰ ਆਇਆ ਵੀ ਜਿਹੜਾ ਫੰਗੀ ਸਾਈਡ ਦੀ ਜਿਹੜੀ ਆਪਾਂ ਜ਼ਿਆਦਾ ਵਰਤੋਂ ਕਰਦੇ ਸੀਗੇ ਹਰ ਵਾਰ ਫੰਗੀ ਸਾਈਡ ਝੋਨੇ 'ਤੇ, ਉਹਦੀ ਜਿਹੜੀ ਆਪਾਂ ਨੂੰ ਦਿੱਕਤ ਹੈ ਜਿਹੜੀ ਉਹ ਸਹੀ ਹੋ ਗਈ, ਉਹ ਸੈੱਟ ਹੋ ਗਈ। ਹਾਂ ਜਿਹੜੀ ਪਦਾਨ ਦਿੰਦੇ ਸੀਗੇ ਵਿੱਚ ਕਈ ਵਾਰ ਇਹੋ ਜਿਹੀ ਪੋਜੀਸ਼ਨ ਵੀ ਆ ਜਾਂਦੀ ਸੀ ਵੀ 2 ਵਾਰੀ ਵੀ ਝੋਨੇ ਨੂੰ ਪਦਾਨ ਦੇ ਦਿੰਦੇ ਸੀਗੇ। ਠੀਕ ਹੈ, ਤਾਂ ਹੁਣ ਜਿਹੜੀ ਮੈਨੂੰ 3ਜਾ ਸਾਲ ਹੋ ਗਿਆ ਮੈਂ ਪਦਾਨ ਬਿਲਕੁਲ ਨਹੀਂ ਕਦੇ ਵੀ ਵਰਤੀ। ਠੀਕ ਹੈ ਜੀ, ਨਾ ਕੋਈ ਕਲੋਰ ਪ੍ਰੋਡਕਟ ਦਿਖਾ ਦਈਏ ਹੈ ਨਾ ਬਾਈਆਂ ਨੂੰ, ਪ੍ਰੋਡਕਟ ਤੁਹਾਡੇ ਕਿਹੜੇ ਕਿਹੜੇ ਆ, ਇਹ ਡੱਬਾ ਅੱਜ ਮੈਨੂੰ ਲੱਗਦਾ ਇੱਥੇ ਲਾ ਕੇ ਹੀ ਜਾਣਾ ਹੈ ਨਾ। ਹਾਂ ਇਹ ਬਸ ਅਬਜਾਈ ਹੈ, ਮੈਂ ਉਹਨੂੰ ਛਿੱਟਾ ਦੇ ਕੇ ਹਟਿਆ ਜੀ, ਆ ਦੇਖੋ ਹਜੇ ਠੀਕ ਹੈ, ਹੱਥ ਵੀ ਨਹੀਂ ਧੋਤੇ ਹੈਗੇ। ਲੈ ਵੀ ਆਪਾਂ ਦਿਖਾ ਦਈਏ ਕਿਹੜਾ ਹੀ ਚੀਜ਼ ਕਿਹੜੇ ਕੰਮ ਆਊਗੀ, ਸਾਰੀਆਂ ਚੀਜ਼ਾਂ ਆਪਾਂ ਦਿਖਾ ਦਿੰਦੇ ਹੈਗੇ, ਬਹਿ ਜਾਓ ਬਾਈ। ਪਹਿਲਾਂ ਗਰੋਥ ਮੈਜਿਕ ਬਾਰੇ ਦੱਸੋ ਤੁਸੀਂ, ਇਹਦਾ ਕੀ ਪ੍ਰੋਸੈਸ ਹੈ, ਇਹ ਗਰੋਥ ਕਦੋਂ ਵਰਤਣੀ ਹੈ? ਹਾਂਜੀ ਇਹ ਗਰੋਥ ਪ੍ਰਮੋਟਰ ਹੈ, ਇਹਨੇ ਗਰੋਥ ਕਰਨੀ ਹੈ। ਹਾਂ ਇਹਨੂੰ ਸਟਾਰਟਿੰਗ 'ਚ ਵੀ ਵਰਤਣਾ, ਜਿਵੇਂ ਹੁਣ ਮੈਂ ਆਲੂ ਲਾਇਆ ਹੈਗਾ, ਹਾਂ ਮੈਂ ਜਿਹੜੀ ਬਿਲਕੁਲ ਔਰਗੈਨਿਕ ਕਣਕ ਕਰਦਾ ਜਿਹੜੀ ਮੇਰੀ ਵਧੀਆ ਰੇਟ 'ਤੇ ਵਿਕਦੀ ਹੈ, ਹਾਂ ਉਹਦੇ 'ਤੇ ਮੈਂ ਬੀਜ ਦੇ ਉੱਤੇ ਲਾਉਣਾ। ਬਾਈ ਇਹ ਬੰਦਾ ਉਹ ਹੈਗਾ ਤੁਹਾਨੂੰ ਮੈਂ ਪਹਿਲਾਂ ਦੱਸਦਾ, ਜਿਹੜੇ ਦੀ ਬੀਜ ਦੀ ਕਣਕ ਬੁੱਕ ਹੋ ਜਾਂਦੀ ਹੈ। ਠੀਕ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਜਿਹੜੀ ਅੱਜ ਬੀਜੀ ਜਾਂਦੀ ਹੈਗੀ ਇਹ ਬੁੱਕ ਹੁਣ ਹੋ ਜੂਗੀ ਥੋੜ੍ਹੇ ਟਾਈਮ 'ਚ। ਠੀਕ ਹੈ ਨਾ, ਵੀ ਸਾਨੂੰ ਦੇ ਦਿਓ ਭਾਈ ਸਾਨੂੰ ਦੇ ਦੇ, ਇਹ ਔਰਗੈਨਿਕ ਖੇਤੀਬਾੜੀ ਕਰਦੇ ਨੇ ਤਾਂ ਕਰਕੇ ਵੀ ਤੁਹਾਡੀ ਫਸਲ ਦਾ ਵੀ ਐਂ ਮੁੱਲ ਪੈਣ ਲੱਗ ਜੂਗਾ। ਅਤੇ ਇਹ ਜਿਵੇਂ ਆਲੂ ਲਾਏ ਨੇ ਆਲੂਆਂ ਦੇ ਉੱਪਰ ਲੱਗ ਗਿਆ ਇਹ, ਅਤੇ ਜਿਵੇਂ ਉਹਦੇ ਆਪਾਂ ਫੰਗੀ ਸਾਈਡ ਲਾਉਂਦੇ ਨਾ ਉਸ ਟਾਈਮ ਇਹ ਲੱਗ ਗਿਆ। ਅੱਛਾ, ਉਹ ਇਹ ਜਰਮੀਨੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਾਉਂਦਾ। ਠੀਕ ਹੈ, ਮਤਲਬ ਯਾਰ ਵੀ ਤੁਹਾਡਾ ਇਹ ਨਹੀਂ ਹੈਗਾ ਵੀ 10% ਵੀ ਰਹਿ ਜੂਗਾ? ਹਾਂ ਇਹ ਨਹੀਂ ਹੈਗਾ, ਸਾਰਾ ਉਗਰੂਗਾ, 99% ਇਹਦੇ ਨਾਲ ਬੀ ਉਗਰਨਾ। ਠੀਕ ਹੈ, ਉਹਦੀ ਟਾਈਮਿੰਗ ਦੀ ਵੀ ਫਰਕ ਰਹਿਣੀ ਹੈ, ਤੁਸੀਂ ਆਪ ਤਜਰਬਾ ਕਰਕੇ ਦੇਖ ਲਿਆ ਵੱਟਾਂ ਛੱਡ ਕੇ, ਉਹਦੀ ਟਾਈਮਿੰਗ ਦੀ ਵੀ ਜਰਮੀਨੇਸ਼ਨ ਦੀ ਫਰਕ ਆ ਉਸ ਦੇ ਵਿੱਚ। ਇਹ ਪਹਿਲਾਂ ਉਗਰੂਗਾ ਪੂਰਾ ਜੀ? ਜੇ ਜਿਵੇਂ ਕਹਿੰਦੇ ਵੀ 15 ਦਿਨ ਲੈ ਗਈ ਕਣਕ ਤੇ ਇਹ 12 ਦਿਨ 10 ਦਿਨਾਂ ਤੇ ਆ ਜੂ ਹਨਾ। ਹਾਂ ਪੂਰਾ ਜੀ, ਜਿਵੇਂ ਫਰਕ ਤਾਂ ਹੈਗਾ ਜੀ, ਸਬਜ਼ੀ ਲਾਉਣੇ ਗਾਜਰਾਂ ਵਗੈਰਾ ਚ ਦੇਖਿਆ ਸੀ ਬੈੱਡ ਛੱਡ ਕੇ, ਬਹੁਤ ਸੋਹਣੇ ਰਿਜ਼ਲਟ ਆ ਇਹਦੇ। ਬਾਕੀ ਦੀਆਂ ਸਪਰੇਹਾਂ ਹੁੰਦੀਆਂ ਨੇ ਝੋਨੇ ਤੇ 2 ਸਪਰੇਹਾਂ ਕਰੀਆਂ ਮੈਂ ਕਣਕ ਦੀ, ਇਸੇ ਨੂੰ ਉੱਤੇ ਕਰ ਦਿਓ, ਇਸੇ ਨੂੰ ਉੱਪਰ ਛਿੜਕ ਦੇ। ਠੀਕ ਹੈ ਜੀ, ਬਹੁਤ ਸੋਹਣੇ ਰਿਜ਼ਲਟ ਆ ਰਹੇ ਨੇ ਇਹਦੇ। ਠੀਕ ਹੈ, ਜਿਹੜੇ ਬਾਈ ਕਹਿੰਦੇ ਆ ਨਾ ਵੀ ਘੱਟ ਉੱਗਰਦੀ ਆ ਸਾਡੇ ਜਾਂ, ਉਹ ਇੱਕ ਵਾਰੀ ਇਹ ਨਾ ਟਰਾਈ ਕਰਕੇ ਦੇਖ ਲਓ, ਤੁਹਾਨੂੰ ਆਪੇ ਪਤਾ ਲੱਗ ਜਾਣਗੇ ਰਿਜ਼ਲਟ। ਤੇ ਆ ਗਿਆ ਜੀ ਭੂ ਅਸਤਰਾ। ਹਾਂਜੀ ਇਹ ਬਾਈ ਇਹ ਕਿਹੜੇ ਲੋਟ ਵਰਤ? ਇਹ ਕਣਕ ਝੋਨੇ 'ਚ 2 ਕਿਲੋ ਡੋਜ਼ ਆ ਜੀ, ਛਿੱਟਾ ਦੇ ਦਿਓ ਚਾਹੇ ਕਿੱਲੇ ਦੀ, ਕਿੱਲੇ ਦੀ। ਠੀਕ ਹੈ, ਜੇ ਹੁਣ ਮੈਂ ਛਿੱਟਾ ਦੇ ਕੇ ਹਟਿਆ, ਮੈਂ ਨਾਲ ਓਲਿਫ ਪਾਇਆ ਸੀਗਾ ਯੂਰੀਆ DAP ਦਾ ਤੋੜ ਆਪਣਾ ਪ੍ਰੋਡਕਟ ਤੇ ਗਾਹ ਕਰਾਂ। ਠੀਕ ਹੈ ਬਾਈ, ਉਹਨੂੰ ਮੈਂ ਵਿੱਚ ਮਿੱਟੀ ਦੇ ਵਿੱਚ ਮਿਕਸ ਕਰਿਆ ਤੇ ਵਿੱਚ ਇਹ ਮਿਕਸ ਕਰਿਆ, ਆਪਾਂ ਮੂਰੇ ਛਿੱਟਾ ਦੇਤਾ, ਮੂਰੇ ਛਿੱਟਾ ਦੇਤਾ, ਪਿੱਛੇ ਵਜਾਈ ਹੋਈ। ਹਾਂ ਪਿੱਛੇ ਵਜਾਈ ਹੋਈ ਹੈ, ਉਹ ਵਿੱਚ ਹੀ ਰਲ ਜੂ। ਹਾਂ ਫਿਰ ਮਾਣ ਦੇ ਵਿੱਚ ਵਹਿਮ ਨਹੀਂ ਰਹਿੰਦਾ, ਜੇ ਕਈ ਵਾਰ ਆਪਾਂ ਨੂੰ ਟੈਂਕੀ 'ਚ ਪਾ ਦਿੰਦੇ ਆ ਇਹ ਬਰੀਕ ਹੈ DAP ਮੋਟੀ ਹੋ ਜਾਂਦੀ ਹੈ ਜਾਂ ਬੀ ਮੋਟਾ ਹੋ ਜਾਂਦਾ, ਐਂ ਹੋ ਜਾਂਦਾ ਵੀ ਇੱਕ ਥਾਂ ਪੈ ਗਿਆ ਇੱਕ ਥਾਂ ਰਹਿ ਗਿਆ, ਛਿੱਟਾ ਦੇ ਕੇ ਆਪਾਂ ਸੰਤੁਸ਼ਟ ਆਪਾਂ ਨੂੰ ਪਤਾ ਵੀ ਸਾਰੇ ਵਾਹਣ ਦੇ ਵਿੱਚ ਵਧੀਆ ਇਹਦਾ ਛਿੱਟਾ ਆ ਗਿਆ ਜੀ। ਅੱਛਾ, ਇਹ ਇਹਨੇ ਮਿੱਤਰ ਕੀੜੇ ਜਿਹੜੇ ਤੁਹਾਡੇ ਉਹ ਕਹਿੰਦੇ ਆਪਾਂ ਨਾ? ਹਾਂ ਇਹਦਾ ਕੁਛ ਨਹੀਂ ਜੀ, ਵਿੱਚ ਕਾਫੀ ਬੰਦੇ ਕਹਿੰਦੇ ਨੇ ਵੀ ਯਾਰ ਜਦੋਂ ਇੰਨੇ ਕੰਮ ਕਰਦੀ ਹੈ ਵੀ ਜ਼ਹਿਰ ਹੀ ਹੋਊਗੀ। ਇਹਦਾ ਕੋਈ ਜ਼ਹਿਰ ਵਾਲਾ ਕੰਮ ਨਹੀਂ ਹੈਗਾ ਜੀ, ਜਿੰਨਾ ਕੁ ਮੈਂ ਇਹਦੇ ਬਾਰੇ ਸਰਚ ਕਰਿਆ ਇਹਦੇ ਬਾਰੇ ਪੜ੍ਹਿਆ ਵੀ ਇਹ ਕੁਛ ਕੰਪਨੀਆਂ ਜਿਹੜੀਆਂ ਆਮ ਚੀਜ਼ਾਂ ਦੇ ਉੱਤੋਂ ਬਣਿਆ ਹੋਇਆ ਜਿਵੇਂ ਨਿੰਮ ਦੀ
किले पा दो 250 ग्राम दी इनू स्प्रे कर दो पहले पानी दे पहला तां बीज रला के पाता अद्धा अद्धा आपा हां ते अद्धा आपा पहले पानी दे उत्ते स्प्रे करती नाल इहदे मैं जिवें इनू ए ग्रोथ प्रमोटर मिक्स कर देना नाल इहदे मिक्स कर बस हो जांदा ओदो बाद इक दोने चीजां दी दवाई करके करके जी वी अपना कंप्लीट हो गया पहले पानी कंप्लीट हो गया बस जे आपा 50 किलो डीएपी पाउने आ तां पहली बार 30 किलो पै जांदी है 30 किलो च निबड़ गया निबड़ गया काम जी ठीक है ए चीज वधिया है ना हां जी अद्धा खर्चा घट गया स्टार्टिंग च ते आ गया जी अपना एमआई स्प्रे एमआई स्प्रे इनू आम भाषा च अपने किसान आ जेडे गूंद कह देंदे जी अच्छा गूंद हां गूंद स्टिकर कह देंदे ने स्टिकर ठीक है बाकी काफी काम वाले बंदे समझ जाणगे ओ कल्ला स्टिकर काम करदा है ए काफी काम करदा है चार काम करदा है ठीक है भाई पत्तियां नु खोलण दा काम करदा है अच्छा जिहड़े च ओ बीमारी आ जांदी है पत्ते ओदे वाली ओ भी दूर करू है फिर हां ओनु खोलण दा काम करदा जी ए जिन्ने भी मान ला ओदे च जेड़ा कोई दिक्कत आउंदी है ना जेड़ा पत्ता इकट्ठा होण लग जांदा ओनु खोलण दे विच काम करदा है नंबर दूजा यह दवाई जिम्मे काफी पौद्या जी आल दूजे पास होंगी है पत्ते दे थले होंगी है पत्ते दस के पिछों भी यह पौधे दस के पिछों अठ यह पौधे ने जिन्होंने थले आल होंगी है बीमारी कह दें बीमारी तो यह दवाई जो कुछ मिनटा के आर पार कर दिता ओके पत्ते क्रॉस कर दिता जी विद डेमो मैं देखा आप करके बाकी पेस्टीसाइड भी वरत सकते हैं किसी भी पेस्टीसाइड भी पा सकते हैं चौगना रिजल्ट हो जाए एवरेज यही 70-80 रुपए किला पैंदी है 70-80 रुपए किला हां ते जे कणियां आ गईयां जां मीं आ गया जां कोई होर जां कई बार जल्दबाजी दे विच इह हुंदा वी किसे पत्ते ते दवाई बज गई किसे ते नहीं बजी जे इक बूंद भी डिग पई इहने हौली हौली पूरे पत्ते दे उत्ते फैला देना उहनूं वी थोड़ी दवाई करी वेस्ट नहीं इहने काम कर जाणा इहने काम करना आ तां मित्रों आ कर लिओ काम हैना जिहड़ी एमआई स्प्रे इह तां इहनां तों ले ही लिओ भावां दी तुसीं आप दीआं दूजीआं स्प्रेहां करदे हो ते इह विच रला के कर दिया करो थोड़ी सारी स्प्रे दा उहदा मुल्ल मुड़ जूगा ठीक है ना ते होर की रह गया बई ਇਹੀ ਪ੍ਰੋਡਕਟ ਨੇਗੇ ਬਸ ਫਿਰ ਬਸ ਬਾਕੀ ਜਿਵੇਂ ਇਹ ਆਪਣਾ ਐਮਆਈ ਪ੍ਰੋਡ ਆ ਗਿਆ ਜੀ ਮੈਂ ਵਰਤ ਰਿਹਾ ਕਾਫੀ ਟਾਈਮ ਤੋਂ ਇਹ ਫੰਗੀ ਸਾਈਡ ਫੰਗੀ ਸਾਈਡ ਇਹ ਫੰਗੀ ਸਾਈਡ ਕਿਤੇ ਵੀ ਫੰਗਸ ਆਉਂਦੀ ਹੈ ਇਹ ਫੰਗੀ ਸਾਈਡ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਇਹ ਇਹ ਤੁਹਾਡੀਆਂ ਸਾਰੀਆਂ ਦਾ ਮੰਗਾ ਇਸ ਲੋਟੀ ਹੈ ਵੀ ਇੱਕ ਵਾਰੀ ਥੱਲੇ ਵੀ ਪਾ ਦੋ ਤੇ ਸਪਰੇ ਵੀ ਕਰ ਦੋ ਸਪਰੇ ਵੀ ਕਰ ਦੋ ਜੀ ਦੋਨੇ ਕੰਮ ਕਰ ਸਕਦੇ ਆ ਵੀ ਕਈ ਵਾਰ ਕੀ ਬੰਦਾ ਐਂ ਕਰਦਾ ਨਾ ਜ਼ਿਆਦਾਤਰ ਕਿਸਾਨ ਕੀ ਹੈ ਨਾ ਬਈ ਲੇਟ ਹੋ ਜਾਂਦੇ ਨਹੀਂ ਪਤਾ ਲੱਗਦਾ ਹੁਣ ਕਈਆਂ ਨੇ ਕਣਕਾਂ ਬੀਜਤੀਆਂ ਹੁਣ ਜਿਹੜੇ ਬੰਦਿਆਂ ਦੀਆਂ ਉੱਗ ਰਹਿਣੀਆਂ ਕਣਕਾਂ ਹੁਣ ਤਾਂ ਉਹ ਬੰਦੇ ਇਹਦੀ ਸਪਰੇ ਵੀ ਕਰ ਸਕਦੇ ਆ ਠੀਕ ਹੈ ਨਾ ਹਾਂ ਠੀਕ ਆ ਬਈ ਤਾਂ ਬਸ ਕੀ ਰਹਿ ਗਿਆ ਆਪਣੇ ਇਹ ਮੋਡੀ ਪੀਐਚ ਹੈ ਇਹ ਵੀ ਬਾਈ ਹੋਰਾਂ ਨੇ ਮੈਨੂੰ ਦਿੱਤਾ ਸੀਗਾ ਇਹਦੇ ਬਹੁਤ ਘੈਂਟ ਰਿਜ਼ਲਟ ਰਹੇ ਇਹ ਪਾਣੀ ਦੇ ਪੀਐਚ ਲੈਵਲ ਨੂੰ ਮੇਨਟੇਨ ਕਰਦਾ ਜਿਵੇਂ ਆਪਾਂ ਪੀਣ ਵਾਲਾ ਪਾਣੀ ਆ ਰੋ ਉਹ ਕਰਕੇ ਸੈੱਟ ਕਰ ਲੈਂਦੇ ਆ ਜਿਵੇਂ ਕਈ ਵਾਰ ਹੁਣ ਕਈ ਵਾਰ ਜਦੋਂ ਬਾਈ ਜਦੋਂ ਕੰਮ ਦੀ ਖਿੱਚ ਹੁੰਦੀ ਹੈ ਨਾ ਖਿੱਚ ਦੇ ਟਾਈਮ ਦੇ ਵਿੱਚ ਇਹ ਹੁੰਦਾ ਸਿਸਟਮ ਹਾਂ ਵੀ ਕਿਸੇ ਆਂਡੀ ਗਮਾਂਡੀ ਤੋਂ ਮੋਟਰ ਦਾ ਪਾਣੀ ਵੀ ਧਾਰਾ ਸਾਰਾ ਲੈਣਾ ਪੈ ਜਾਂਦਾ ਠੀਕ ਹੈ ਜਿਵੇਂ ਕਿਤੇ ਮਾੜਾ ਪਾਣੀ ਕਿਸੇ ਬਾਹਰ ਨੂੰ ਲਾਉਣਾ ਪੈ ਗਿਆ ਆਪਾਂ ਨੂੰ ਬਾਈ ਅੱਜ ਕੱਲ੍ਹ ਪਾਈਪ ਲੈਣਾ ਦਾ ਕੰਮ ਹੈ ਹਨਾ ਕੀ ਪਤਾ ਕਿੱਥੋਂ ਲਿਆਉਣਾ ਪੈ ਜੇ ਕਿੱਥੋਂ ਲਿਆਉਣਾ ਪੈ ਜੀ ਤਾਂ ਇਹ ਜਿੱਥੇ ਕਿਤੇ ਪੀਐਚ ਲੈਵਲ ਬਾਹਲਾ ਸੀਗਾ ਪਾਣੀ ਦਾ ਇਹ ਉਹਨੂੰ ਮੇਨਟੇਨ ਕਰਕੇ ਰੱਖਦਾ ਜੀ ਮਾੜਾ ਪਾਣੀ ਕਹਦੇ ਆਪਾਂ ਜਿਹੜਾ ਬੋਰ ਵਾਲਾ ਜਿਹੜਾ ਪਾਣੀ ਤੇ ਪਾ ਦਿੰਦੇ ਹੋਗੇ ਫਿਰ ਇਹ ਜਿਵੇਂ ਪਾਣੀ ਦੇ ਆਪਾਂ ਡ੍ਰਿਪ ਸਿਸਟਮ ਰਾਹੀਂ ਦੇ ਸਕਦੇ ਹਾਂ ਜੇ ਪਾਣੀ ਕਿਆਰਾ ਭਰਿਆ ਹੋਇਆ ਤਾਂ ਜਿਵੇਂ ਆਪਾਂ ਕੱਖਾਂ ਵਾਲੀ ਦਵਾਈ ਸਿੱਟਦੇ ਹਾਂ ਉਵੇਂ ਬੋਤਲ 'ਚ ਪਾ ਕੇ ਸਿੱਟ ਸਕਦੇ ਹਾਂ ਬਸ ਇਸ ਲੋਟੋ ਛਿਟਾ ਆ ਜੇ ਇਹਦਾ ਬਸ ਹਾਂ ਇਹ ਜਿਹੜਾ ਉਹਦੇ ਖਾਰੇ ਪਾਣ ਨੂੰ ਪਾਣੀ ਦੇ ਨੂੰ ਜਿਹੜੇ ਨੂੰ ਇੱਕ ਥਾਂ ਤੇ ਬੰਨ ਲੈਂਦਾ ਇਹ ਬਹੁਤ ਸੋਹਣੇ ਰੀਅਲ ਟੈਕ ਫਸਲ ਦੇ ਵਿੱਚ ਦੋ ਜਾਂ ਤਿੰਨ ਵਾਰੀ ਆਪਾਂ ਇਹਨੂੰ ਦੇ ਸਕਦੇ ਹਾਂ ਜੇ ਕਣਕ ਨੂੰ ਘੱਟ ਪਾਣੀ ਲੱਗਦੇ ਆ ਦੋ ਹਨਾ ਤੇ ਦੂਜੇ ਤੇ ਦੇ ਦੋ ਕਣਕ ਨੂੰ ਘੱਟ ਪਾਣੀ ਲੱਗਦੇ ਆ ਦੋ ਦੇ ਦੋ ਝੋਨੇ ਨੂੰ ਜ਼ਿਆਦਾ ਪਾਣੀ ਲੱਗਦੇ ਉਹਨੂੰ ਤਿੰਨ ਵਾਰ ਦੇ ਦੋ ਠੀਕ ਹੈ ਠੀਕ ਹੈ ਜੀ ਕੋਈ ਜ਼ਿਆਦਾ ਆਪਾਂ ਨੂੰ ਇਹ ਚੀਜ਼ ਮਹਿੰਗੀ ਨਹੀਂ ਪੈਂਦੀ ਇਹ ਕਿੰਨਾ ਕ ਪੈਂਦਾ ਬਾਈ ਇਹ ਤਾਂ 400 ਰੁਪਏ ਦੇ ਨੀਅਰ ਅਬਾਊਟ ਪੈਂਦਾ ਜੀ ਆਪਾਂ ਨੂੰ ਕਿੱਲੇ ਦਾ ਕਿੱਲੇ ਦਾ ਮੈਂ ਬਹੁਤ ਸੋਹਣੇ ਰਿਜ਼ਲਟ ਆਏ ਮੈਂ ਨਾ ਇੱਕ ਆਪਣੇ ਕੋਲ ਥੋੜਾ ਮਾੜੇ ਪਾਣੀ ਵਾਲਾ ਬੋਰ ਆ ਉਧਰ ਤਾਂ ਉਹਦੇ ਤੇ ਦੇਖਿਆ ਸੀਗਾ ਵੀ ਜਿੱਥੇ ਉਹਦੇ ਫਸਲ ਨੂੰ ਪਤਾ ਲਾਉਂਦਾ ਸੀ ਉਹਦਾ ਪਾਣੀ ਥੋੜਾ ਝੋਨਾ ਵੀ ਉਧਰ ਬੜਾ ਵਧੀਆ ਸੀ ਨਾ ਹਾਂ ਇਹ ਬਹੁਤ ਸੋਹਣੇ ਰਿਜ਼ਲਟ ਰਹੇ ਇਹਦੇ ਪਾਏ ਸੀ ਉਹਦੇ ਚ ਠੀਕ ਹੈ ਬਹੁਤ ਸੋਹਣਾ ਕਿਉਂਕਿ ਬਾਈ ਨੇ ਬਾਈ ਸਾਡੇ ਉਧਰ ਪੱਤੀ ਚ ਆਪਣੇ ਕੋਲੇ ਵੀ ਉੱਥੇ ਬਾਹਣਾ ਠੇਕੇ ਤੇ ਤੇ ਉਧਰਲੇ ਪਾਸੇ ਬਾਈ ਕੋਲੇ ਵੀ ਝੋਨਾ ਸੀਗਾ ਤੇ ਝੋਨਾ ਉਧਰਲੀ ਪੱਤੀ ਦੇ ਵਿੱਚ ਹੁੰਦਾ ਨਹੀਂਗਾ ਕਿਉਂਕਿ ਪਾਈਪ ਲਾਈਨਾਂ ਸਾਰੀਆਂ ਇੱਧਰ ਹੋ ਜਾਂਦੀਆਂ ਨੇ ਤੇ ਉਧਰ ਕਿਸੇ ਦੇ ਬੋਰ ਵੀ ਮਹਾਂ ਚੱਲਦੇ ਨੇਗੇ ਤੇ ਉੱਥੇ ਸੀਗਾ ਝੋਨਾ ਆਪਣਾ ਵੀ ਵਧੀਆ ਸੋਹਣਾ ਹੋਇਆ ਸੀ ਕਿਉਂਕਿ ਆਪਾਂ ਵੀ ਪ੍ਰੋਡਕਟ ਵਰਤੇ ਸੀਗੇ ਤੇ ਬਾਈ ਤਾਂ ਫਿਰ ਵਰਤਦੀ ਹੈ ਠੀਕ ਹੈ ਜੀ ਤੇ ਬਾਈ ਬਹੁਤ ਵਧੀਆ ਲੱਗਿਆ ਪ੍ਰੋਡਕਟ ਸਾਰੇ ਘੈਂਟ ਨੇਗੇ ਤੇ ਮੈਂ ਦੋ ਤਿੰਨ ਚੀਜ਼ਾਂ ਤਾਂ ਤੁਹਾਨੂੰ ਬਾਈ ਦੱਸਣਾ ਹੀ ਚਾਹੂੰਗਾ ਵੀ ਆਹ ਇਹ ਤਾਂ ਤੁਸੀਂ ਵਰਤ ਲਓ
नंबर मैं थोड़ू स्क्रीन के उत्ते चला दूंगा, जे किसी ने जानकारी भी लेनी आ जा प्रोडक्ट लेने आोटिया स्प्रेहां का भी मुल मोड़ देने, क्योंकि महंगे लीटर आते हैं बई है ना, तो वह भी जरूरी है भी यार चल जरा वरतदा कोई गल नहीं वरत ले, पर आह नाल वरत लो, ये छोटिया स्प्रेहां के असर दुगने तिगने हो जाएंगे। ठीक है ना, तो वीडियो में वो तो वेयर कर दो जी, धन्यवाद थोड़ा देखने लिए।